ਪਹਿਲਾਂ ਮਹਿੰਦਰਾ ਦੇ ਸ਼ੋਰੂਮ ਤੇ ਚਲਾਈਆਂ ਗੋਲੀਆਂ, ਫਿਰ ਫਿਰੌਤੀ ਲਈ ਪਰਚੀ ਸੁੱਟ ਕੇ ਹੋ ਗਏ ਫਰਾਰ। 5 ਕਰੋੜ ਦੀ ਕੀਤੀ ਗਈ ਮੰਗ। ਆ ਤਾਂ ਨਵਾਂ ਹੀ ਤਰੀਕਾ ਫੜ ਲਿਆ ਫਿਰੌਤੀ ਮੰਗਣ ਦਾ, ਜਿੱਥੇ ਇਹਨਾਂ ਦੇ ਵੱਲੋਂ ਪਹਿਲਾਂ ਤਾਂ ਸ਼ੋਰੂਮ ਤੇ ਗੋਲੀਆਂ ਚਲਾਈਆਂ ਗਈਆਂ ਤੇ ਫਿਰ ਫਿਰੌਤੀ ਦੀ ਇੱਕ ਪਰਚੀ ਸੁੱਟ ਕੇ ਫਰਾਰ ਹੋਏ ਨੇ, ਜਿਸ ਦੇ ਵਿੱਚ 5 ਕਰੋੜ ਦੀ ਮੰਗ ਕੀਤੀ ਗਈ ਹੈ। ਤਾਂ ਗੋਲੀਆਂ ਦੀ ਆਵਾਜ਼ ਸੁਣ ਕੇ ਮੌਕੇ ਤੇ ਸਾਰੇ ਕਰਮਚਾਰੀ ਅਤੇ ਗੱਡੀ ਖਰੀਦਣ ਆਏ ਗਾਹਕ ਵੀ ਭੱਜ ਲੈਂਦੇ ਨੇ, ਤਾਂ ਕਾਫੀ ਅਫੜਾ ਤਫੜੀ ਮੱਚ ਜਾਂਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੋਲੀਆਂ ਮਾਰ ਕੇ ਇਸ ਸ਼ੋਰੂਮ ਦੇ ਸ਼ੀਸ਼ਿਆਂ ਨੂੰ ਛੰਨੀ ਕਰ ਦਿੱਤਾ ਗਿਆ ਹੈ। ਤਾਂ ਵੇਖ ਸਕਦੇ ਹੋ ਵੱਡੀ ਵਾਰਦਾਤ ਜਿੱਥੇ ਇਹਨਾਂ ਦੇ ਵੱਲੋਂ ਕੀਤੀ ਗਈ ਹੈ, ਤਾਂ ਫਿਰੌਤੀ ਮੰਗੀ ਗਈ ਆ 5 ਕਰੋੜ, ਜਿੱਥੇ ਮਹਿੰਦਰਾ ਦੇ ਸ਼ੋਰੂਮ 'ਤੇ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਤੁਹਾਨੂੰ ਦੱਸ ਦੇ ਕਿ ਹਿਸਾਰ ਤੋਂ ਇਹ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਮਹਿੰਦਰਾ ਸ਼ੋਰੂਮ 'ਤੇ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਅਤੇ ਫਿਰ ਫਿਰੌਤੀ ਦੇ ਲਈ 5 ਕਰੋੜ ਦੀ ਇੱਕ ਪਰਚੀ ਸੁੱਟ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਪਹਿਲਾਂ ਮਹਿੰਦਰਾ ਦੇ ਸ਼ੋਰੂਮ ਤੇ ਚਲਾਈਆਂ ਗੋਲੀਆਂ, ਫਿਰ ਫਿਰੌਤੀ ਲਈ ਪਰਚੀ ਸੁੱਟ ਕੇ ਹੋ ਗਏ ਫਰਾਰ। 5 ਕਰੋੜ ਦੀ ਕੀਤੀ ਗਈ ਮੰਗ। ਆ ਤਾਂ ਨਵਾਂ ਹੀ ਤਰੀਕਾ ਫੜ ਲਿਆ ਫਿਰੌਤੀ ਮੰਗਣ ਦਾ, ਜਿੱਥੇ ਇਹਨਾਂ ਦੇ ਵੱਲੋਂ ਪਹਿਲਾਂ ਤਾਂ ਸ਼ੋਰੂਮ ਤੇ ਗੋਲੀਆਂ ਚਲਾਈਆਂ ਗਈਆਂ ਤੇ ਫਿਰ ਫਿਰੌਤੀ ਦੀ ਇੱਕ ਪਰਚੀ ਸੁੱਟ ਕੇ ਫਰਾਰ ਹੋਏ ਨੇ, ਜਿਸ ਦੇ ਵਿੱਚ 5 ਕਰੋੜ ਦੀ ਮੰਗ ਕੀਤੀ ਗਈ ਹੈ। ਤਾਂ ਗੋਲੀਆਂ ਦੀ ਆਵਾਜ਼ ਸੁਣ ਕੇ ਮੌਕੇ ਤੇ ਸਾਰੇ ਕਰਮਚਾਰੀ ਅਤੇ ਗੱਡੀ ਖਰੀਦਣ ਆਏ ਗਾਹਕ ਵੀ ਭੱਜ ਲੈਂਦੇ ਨੇ, ਤਾਂ ਕਾਫੀ ਅਫੜਾ ਤਫੜੀ ਮੱਚ ਜਾਂਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੋਲੀਆਂ ਮਾਰ ਕੇ ਇਸ ਸ਼ੋਰੂਮ ਦੇ ਸ਼ੀਸ਼ਿਆਂ ਨੂੰ ਛੰਨੀ ਕਰ ਦਿੱਤਾ ਗਿਆ ਹੈ। ਤਾਂ ਵੇਖ ਸਕਦੇ ਹੋ ਵੱਡੀ ਵਾਰਦਾਤ ਜਿੱਥੇ ਇਹਨਾਂ ਦੇ ਵੱਲੋਂ ਕੀਤੀ ਗਈ ਹੈ, ਤਾਂ ਫਿਰੌਤੀ ਮੰਗੀ ਗਈ ਆ 5 ਕਰੋੜ, ਜਿੱਥੇ ਮਹਿੰਦਰਾ ਦੇ ਸ਼ੋਰੂਮ 'ਤੇ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਤੁਹਾਨੂੰ ਦੱਸ ਦੇ ਕਿ ਹਿਸਾਰ ਤੋਂ ਇਹ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਮਹਿੰਦਰਾ ਸ਼ੋਰੂਮ 'ਤੇ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਅਤੇ ਫਿਰ ਫਿਰੌਤੀ ਦੇ ਲਈ 5 ਕਰੋੜ ਦੀ ਇੱਕ ਪਰਚੀ ਸੁੱਟ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ।